ਉਦਯੋਗ ਮੰਤਰੀ ਵੱਲੋਂ ਰੋਪੜ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਵਿੱਚ ਕੋਈ ਕਸਰ ਨਾ ਛੱਡਣ। ਇਸ ਮੌਕੇ ਉਹਨਾਂ ਕਿਹਾ ਕਿ ਰੋਪੜ ਜ਼ਿਲ੍ਹੇ ਦੀ 1 ਕਰੋੜ ਰੁਪਇਆ ਜ਼ਿਲ੍ਹਾ ਪ੍ਰਸ਼ਾਸਨ ਪਾਸ ਪਹੁੰਚ ਚੁੱਕਿਆ ਹੈ, ਜੋ ਕਿ ਜਲਦ ਹੀ ਜਿਹੜੇ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਹਨ ਉਹਨਾਂ ਦੇ ਖਾਤਿਆਂ ਵਿੱਚ ਭੇਜ ਦਿੱਤਾ ਜਾਵੇਗਾ। ਇਸ ਮੌਕੇ ਇਹਨਾਂ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਢਿੱਲੋਂ। ਲਗਾਤਾਰ ਕਵਰੇਜ ਜਾਰੀ ਹੈ ਜੀ, ਪਿੰਡ ਫੂਲ ਤੋਂ ਹੜ੍ਹ ਖੇਤਰ ਜਿਹੜੇ ਨੇ ਪੀੜਤ ਖੇਤਰ ਨੇ ਉੱਥੇ ਦੌਰਾ ਕਰਨ ਦੇ ਵਿੱਚ ਅੱਜ ਪਹੁੰਚੇ ਨੇ ਉਦਯੋਗ ਮੰਤਰੀ ਪੰਜਾਬ ਦੇ ਸ਼੍ਰੀ ਸ਼ਾਮ ਸੁੰਦਰ ਅਰੋੜਾ ਸਾਹਿਬ ਜੀ। ਸਰ ਜੀ, ਹੁਣ ਤੱਕ ਤੁਸੀਂ ਪਿੱਛੇ ਵੀ ਦੇਖ ਕੇ ਆਏ ਹੋ ਅਤੇ ਅੱਗੇ ਵੀ ਮਾਰ ਆਏ ਹੋ, ਜਿਹੜਾ ਆਪਣੇ ਸ਼ਬਦਾਂ 'ਚ ਹੀ ਬਿਆਨ ਕਰ ਦਿਓ ਕੀ ਕੁਛ ਦੇਖਿਆ ਅੱਜ 12 ਦਿਨਾਂ ਬਾਅਦ। ਸਰ 12 ਦਿਨਾਂ ਬਾਅਦ ਨਹੀਂ, ਅਸੀਂ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਹਾਂ। ਉਹਦੀ ਗੱਲ 12 ਦਿਨਾਂ ਬਾਅਦ ਦੇ ਹਾਲਾਤ ਕੀ ਨੇ? ਸਾਰਿਆਂ ਤੋਂ ਪਹਿਲਾਂ ਅਸੀਂ ਵੀ ਪਾਣੀ ਉਤਰੇ ਜੀ, ਜੀ ਪਾਣੀ ਉਤਰ ਗਿਆ, ਕੁਦਰਤੀ ਆਫਤਾ ਆਈ ਹੈ ਜੀ, ਉਹ ਜਿਹੜਾ ਬੰਨ ਟੁੱਟ ਗਿਆ ਜਿਹਦੇ ਕਰਕੇ ਸਾਰਾ ਪਾਣੀ ਆਇਆ ਜੀ ਜੀ। ਹੁਣ ਸਾਰਿਆਂ ਤੋਂ ਪਹਿਲਾਂ ਸਾਡੀ ਇਹ ਕੋਸ਼ਿਸ਼ ਸੀ, ਜਿੱਥੇ ਪਹਿਲਾਂ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਗਿਆ, ਬਹੁਤ ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਸਾਹਿਬ ਆਸ ਪਾਸੋਂ ਸਾਰਿਆਂ ਨੇ ਬੜੀ ਸੇਵਾ ਕੀਤੀ ਜੀ ਜੀ ਜੀ। ਤੁਹਾਨੂੰ ਪਤਾ ਪੰਜਾਬ ਆ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ, ਇੱਥੇ ਲੋਕਾਂ ਦੇ ਵਿੱਚ ਬਹੁਤ ਇਹ ਚੀਜ਼ ਹੈਗੀ ਆ ਜੀ ਜੀ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੀ ਡਿਊਟੀ ਲਗਾਈ ਸੀ, ਅਸੀਂ ਇੱਥੇ ਜਾਈਏ ਇਕੱਲੇ ਇਕੱਲੇ ਘਰ ਜਾ ਕੇ ਦੇਖੀਏ। ਅਸੀਂ ਜਦੋਂ ਕੱਲ੍ਹ ਆਏ ਸੀ, ਅੱਜ ਵੀ ਕੱਲ੍ਹ ਔਰ ਅੱਜ 'ਚ ਇੰਨਾ ਫਰਕ ਹੈ ਕਿ ਅੱਜ ਸਾਰੀਆਂ ਇਹ ਗਲੀਆਂ ਸਾਫ਼ ਨੇ। ਸਾਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਕੋਈ ਬਿਮਾਰੀ ਨਾ ਫੈਲੇ, ਪਸ਼ੂ ਬਹੁਤ ਮਰੇ ਹੈ ਜਿਹਦੇ ਕਾਰਨ ਕੋਈ ਬਿਮਾਰੀ ਨਾ ਫੈਲੇ। ਅਸੀਂ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਆ, ਤੁਹਾਡੇ ਸਾਹਮਣੇ ਸਪਰੇਅ ਹੋ ਰਹੀ ਹੈ, ਨਾਲੀਆਂ ਸਾਫ਼ ਹੋ ਰਹੀਆਂ, ਇਹ ਇੱਥੇ ਹਰ ਤਰ੍ਹਾਂ ਦੀ ਮੈਡੀਸਨ ਪ੍ਰੋਵਾਈਡ ਕੀਤੀ ਗਈ ਹੈ ਕਿ ਪਾਣੀ ਚੜ੍ਹਿਆ ਸੀ, ਕੋਈ ਸਕਿਨ ਦੀ ਪ੍ਰੋਬਲਮ, ਸਕਿਨ ਦੀ ਮੈਡੀਸਨ, ਹਰ ਤਰ੍ਹਾਂ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਮੈਂ ਇਹਨਾਂ ਦਾ ਇਹ ਮਤਲਬ ਇਸ ਗੱਲ ਦੀ ਤਾਰੀਫ ਕਰਨੀ ਚਾਹੁੰਦਾ ਕਿ ਐਡੀ ਵੱਡੀ ਜਿਹੜੀ ਵਿਪਤਾ ਇੱਥੇ ਬਣੀ, ਪਰ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਕੰਟਰੋਲ ਕੀਤਾ। ਅੱਗੇ ਨਾਲੋਂ ਤੁਸੀਂ ਦੇਖ ਸਕਦੇ ਹੋ, ਜੋ ਅਸੀਂ ਕੱਲ੍ਹ ਆਏ ਸੀ ਤਾਂ ਕੱਲ੍ਹ ਇੱਥੋਂ ਲੰਘਿਆ ਨਹੀਂ ਸੀ ਜਾ ਰਿਹਾ, ਅੱਜ ਇੱਥੇ ਹੌਲੀ ਹੌਲੀ ਕੱਲ੍ਹ ਇਹ ਪਾਣੀ ਵੀ ਸਾਫ਼ ਕਰ ਦਿੱਤਾ ਜਾਏਗਾ, ਜੇਸੀਬੀਆਂ ਲੱਗਣਗੀਆਂ, ਇੱਥੇ ਮਿੱਟੀ ਪਾ ਕੇ ਸੜਕ ਵੀ ਚੌੜੀ ਕਰ ਦਿੱਤੀ ਜਾਏਗੀ। ਸਭ ਤੋਂ ਪਹਿਲਾਂ ਬਿਮਾਰੀਆਂ ਨੂੰ ਰੋਕਣਾ, ਫਿਰ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਨੇ ਸਰਕਾਰ ਉਹਨੂੰ ਉਹਨਾਂ ਦੇ ਲਗਵਾ ਰਹੀ ਹੈ, ਖੇਤਾਂ ਦੀ ਜਿਵੇਂ ਜ਼ਮੀਨਾਂ ਦੀ ਗਿਰਦਾਵਰੀ ਹੋ ਰਹੀ ਹੈ, ਜਿਹੜੀਆਂ ਮਕਾਨ ਮਕੂਨ ਗਿਰੇ ਨੇ, ਇਹ ਸਾਰੀਆਂ ਦੀ ਰਿਪੋਰਟਸ ਇਕੱਠੀ ਹੋ ਰਹੀ ਹੈ ਅਤੇ ਇਹਦਾ ਸਾਰਿਆਂ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਏਗਾ। ਸਰ, ਜਿਵੇਂ ਤੁਸੀਂ ਆਪ ਹੀ ਕਿਹਾ ਕਿ ਸਿਹਤ ਜਿਹੜੀ ਉਹ ਮੁੱਖ ਹੈ, ਹੁਣ ਤੁਸੀਂ ਦੇਖ ਰਹੇ ਹੋ ਜਿਵੇਂ 12 ਦਿਨ ਦੀ ਗੱਲ, ਤੁਹਾਡੇ ਮਿਸਅੰਡਰਸਟੈਂਡਿੰਗ ਵੀ ਹੋ ਗਈ ਸੀ, ਗੌਰਮੈਂਟ ਦਾ ਮਤਲਬ ਇੱਕ ਇਹ ਵੀ ਕੱਢ ਲਿਆ ਜਾਂਦਾ ਮਜਾਈਆ ਬੰਦਿਆਂ ਵੱਲੋਂ ਕਿ ਜੇ ਗੌਰ ਕਰਨ 'ਤੇ ਆਵੇ ਤਾਂ ਮਿੰਟ ਲਾਉਂਦੀ ਹੈ, ਪਰ ਇਹ ਜਿਹੜੀ ਚੀਜ਼ ਹੈ ਘਰਾਂ ਦੇ ਨਾਲ ਸਾਹਮਣੇ ਬਿਲਕੁਲ ਦੇਖ ਰਹੇ ਹੋ ਤੁਸੀਂ, ਜਿਹੜਾ ਸਾਹਮਣੇ ਹੈ ਮੁਸ਼ਕ ਫੈਲਿਆ ਹੋਇਆ, ਬਿਮਾਰੀਆਂ ਦਾ ਕਾਰਨ ਬਣ ਸਕਦਾ, ਇਹਦੇ 'ਤੇ ਖਾਸ ਤੌਰ 'ਤੇ ਨਹੀਂ ਕੁਛ ਹੋ ਸਕਦਾ ਗੌਰਮੈਂਟ ਵੱਲੋਂ? ਇਹ ਖਾਸ ਤੌਰ 'ਤੇ ਕਰ ਰਹੇ ਹਾਂ, ਅੱਜ 100 ਬੰਦਾ ਇਸ ਪਿੰਡ 'ਚ ਲੱਗਾ ਹੋਇਆ ਜੀ ਜੀ, ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ, ਇਹ ਕੱਲ੍ਹ ਤੱਕ ਪਾਣੀ ਸਾਰਾ ਪੰਪ ਕਰਕੇ ਕੱਢ ਲਿਆ ਜਾਏਗਾ, ਇਹਦਾ ਰਸਤਾ ਅੱਗਿਓਂ ਬਣਾਇਆ ਜਾ ਰਿਹਾ ਕਿ ਪਿੱਛੋਂ ਪਾਣੀ ਆਵੇ, ਇੱਥੇ ਖੜ੍ਹਾ ਨਾ ਹੋਵੇ। ਪਹਿਲਾਂ ਤਾਂ ਇੱਥੇ ਰਸਤਾ ਹੀ ਕੋਈ ਨਹੀਂ ਸੀ, ਜੇਸੀਬੀ ਲੰਘਣੀ ਕੁਛ ਲੰਘਣਾ, ਉਹਨੂੰ ਰਸਤਾ ਚਾਹੀਦਾ ਸੀ ਨਾ, ਉਹਦਾ ਅੱਜ ਰਸਤਾ ਬਣ ਗਿਆ। ਕੱਲ੍ਹ ਤਾਂ ਇਹ ਪਾਣੀ ਪੰਪ ਕਰਕੇ ਬਾਹਰ ਕੱਢ ਦਿੱਤਾ ਜਾਏਗਾ, ਇਹ ਸੜਕ ਵੀ ਮਿੱਟੀ ਮੁੱਟੀ ਪਾ ਕੇ ਟੈਂਪਰੇਰੀ ਤੌਰ 'ਤੇ ਅਜੇ ਚੌੜੀ ਕਰਤੀ ਜਾਏਗੀ ਕਿ ਲੋਕਾਂ ਨੂੰ ਲੰਘਣ 'ਚ ਕੋਈ ਦਿੱਕਤ ਨਾ ਆਵੇ। ਉਸ ਤੋਂ ਬਾਅਦ 'ਚ ਪ੍ਰੋਪਰ ਜਦੋਂ ਪੂਰੀ ਸਫਾਈ ਹੋ ਜਾਏਗੀ, ਗੰਦਾ ਪਾਣੀ ਇੱਥੇ ਨਹੀਂ ਰੁਕੇਗਾ। ਸਾਰੇ ਇੱਥੇ ਜਦੋਂ ਪਾਣੀ ਪਿਆ, ਲੋਕਾਂ ਦੇ ਘਰਾਂ 'ਚ ਚਿੱਕੜ ਵੜ ਗਏ, ਉਹ ਜਿਹੜੇ ਬੰਦੇ ਇੰਨੇ ਲਗਾਏ ਗਏ ਆ ਕਿ ਘਰਾਂ ਨੂੰ ਵੀ ਸਾਫ਼ ਕੀਤਾ ਜਾਵੇ, ਸਕੂਲਾਂ ਦੀਆਂ ਬਿਲਡਿੰਗਾਂ ਦੇ ਅੰਦਰ ਚਿੱਕੜ ਵੜ ਗਿਆ ਸੀ, ਸਕੂਲਾਂ ਨੂੰ ਸਾਫ਼ ਕੀਤਾ ਗਿਆ ਪ੍ਰੋਪਰ, ਪਹਿਲਾਂ ਸਭ ਤੋਂ ਪਹਿਲੀ ਪ੍ਰੈਫਰੈਂਸ ਹੈ ਮੈਡੀਸਨ ਔਰ ਲੋਕਾਂ 'ਚ ਇੱਥੇ ਕੋਈ ਬਿਮਾਰੀ ਨਾ ਆਏ ਉਹਦੇ ਇੰਤਜ਼ਾਮ ਕੀਤੇ ਜਾ ਰਹੇ। ਕੱਲ੍ਹ ਤੱਕ ਮੈਨੂੰ ਉਮੀਦ ਹੈ, ਕੱਲ੍ਹ ਜਦੋਂ ਮੈਂ ਇੱਥੇ ਰਾਊਂਡ ਕਰੂੰਗਾ ਅਤੇ ਇਹ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਪਹਿਲਾਂ ਵੀ ਬੜੀ ਮਿਹਨਤ ਕਰ ਰਿਹਾ, ਹੁਣ ਵੀ ਨਿਰਦੇਸ਼ ਦਿੱਤੇ ਆ ਕਿ ਜਿਹੜਾ ਪਾਣੀ ਹੈ ਪੰਪ ਕਰਕੇ
ਅਸੀਂ ਉੱਥੇ ਦੇਖ ਕੇ ਆਏ ਹਾਂ, ਰਸਤਾ ਬਣਾ ਰਹੇ ਹਾਂ ਪਾਈਪ ਪਾ ਕੇ, ਤਾਂ ਕੱਲ੍ਹ ਇਹ ਪਾਣੀ ਸਾਰਾ ਬਾਹਰ ਕੱਢ ਦਿੱਤਾ ਜਾਏਗਾ। ਜੀ ਜੀ, ਲਾਸਟ ਗੱਲ ਜੀ, ਸਰ ਇੱਕ ਨਾ 100 ਕਰੋੜ ਦੀ ਸਹਾਇਤਾ ਨੂੰ ਵਿਰੋਧੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਨਿਗੁਣੀ ਹੈ, ਅਤੇ ਚਲੋ ਦੂਜੀ ਗੱਲ, ਜਿਹੜਾ 1000 ਕਰੋੜ ਵਾਸਤੇ ਜਿਹੜਾ ਲੈਟਰ ਲਿਖਿਆ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ, ਪ੍ਰਧਾਨ ਮੰਤਰੀ ਸਾਹਿਬ, ਉਹਦਾ ਕੀ ਕੋਈ ਰਿਜ਼ਲਟ ਨਿਕਲਿਆ? ਸਰ ਮੈਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਸੀ, ਜੀ ਜੀ ਜੀ, ਮੈਂ ਇਸ ਗੱਲ ਦੀ ਮੋਦੀ ਸਾਹਿਬ ਨੂੰ ਵਧਾਈ ਦਿੰਦਾ ਜੀ, ਜਾਂ ਉਹਨਾਂ ਦਾ ਥੈਂਕਸ ਕਰਨਾ, ਵਧਾਈ ਨਹੀਂ ਥੈਂਕਸ ਕਰਨਾ, ਕਿ ਉਹਨਾਂ ਨੇ ਪੰਜਾਬ ਨੂੰ ਵੀ ਉਸ ਆਪਦਾ 'ਚ ਲੈ ਲਿਆ। ਪਹਿਲਾਂ ਨਹੀਂ ਸੀ ਲਿਆ, ਉਹਨਾਂ ਦੀ ਸੈਂਟਰ ਦੀ ਵੀ ਟੀਮ ਆ ਰਹੀ ਇਸ ਨੂੰ ਦੇਖਣ ਨੂੰ। ਅਸੀਂ ਚਾਹੁੰਦੇ ਹਾਂ ਕਿ ਨੁਕਸਾਨ ਬਹੁਤ ਜ਼ਿਆਦਾ, ਅਜੇ ਤੱਕ ਜਿਹੜੇ ਅੰਕੜੇ ਆਏ ਨੇ ਉਹ 17-1800 ਕਰੋੜ ਦੇ ਨੇ, ਅਤੇ ਇਹ ਤੋਂ ਵੱਧ ਸਕਦਾ ਜਿੱਦਾਂ ਜਿੱਦਾਂ ਟਾਈਮ ਨਿਕਲ ਰਿਹਾ। ਕੁਛ ਜਿੱਦਾਂ ਹੁਣ ਧੁੱਪ ਲੱਗਣ ਨਾਲ ਮਕਾਨ ਗਿਰ ਸਕਦੇ ਨੇ, ਇੱਦਾਂ ਕਰਕੇ ਅਸੀਂ 1000 ਕਰੋੜ ਦੀ ਮੰਗ ਕੀਤੀ ਹੈ। ਬਾਕੀ ਦੇਖੋ ਸੈਂਟਰ ਵੱਲੋਂ ਸਾਨੂੰ ਕੀ ਮਿਲਦਾ, ਅਸੀਂ ਮੰਗਿਆ ਹੈਗਾ, ਔਰ ਬਾਕੀ ਜੋ ਵੀ ਹੈਗਾ ਪੰਜਾਬ ਸਰਕਾਰ ਕਰੇਗੀ। ਜੀ ਜੀ, ਵਧਾਈ ਲਫ਼ਜ਼ ਵਰਤਣਾ ਵੈਸੇ ਇਹੋ ਜਿਹੇ ਉਹਦੇ ਵਰਤਣੇ, ਪਰ ਫਿਰ ਵੀ ਵਧਾਈ ਦੇ ਪਾਤਰ ਹੋ ਤੁਸੀਂ ਕਿ ਜਿਹੜਾ ਕਿ ਤੁਹਾਡਾ ਤੁਸੀਂ ਕਾਮਯਾਬ ਹੋਏ ਹੋ ਸੈਂਟਰ ਸਰਕਾਰ ਤੋਂ ਇਹ ਕਰਨ ਵਾਸਤੇ, ਸ਼ਾਬਾਸ਼ੀ ਕਹਿ ਸਕਦੇ ਹਾਂ ਚਲੋ, ਕਿ ਤੁਸੀਂ ਹਾਂ ਥੈਂਕਸ ਵੀ ਤੁਸੀਂ ਕੀਤਾ ਤੁਹਾਡੇ ਵਾਸਤੇ, ਸਾਡੀ ਪ੍ਰੋਬਲਮ ਨੂੰ ਤੁਹਾਡਾ ਬਰਪਣਾ ਜੀ, ਇਹ ਮੈਂ ਕਹਿ ਰਿਹਾ। ਸੋ ਇਹ ਸੀ ਸਾਡੇ ਨਾਲ ਆਪਣੇ ਮਹਿਕਮੇ ਰਾਹੀਂ, ਅਸੀਂ ਪਿੰਡ ਵੀ ਜੀ ਜੀ ਸਰ 1 ਕਰੋੜ ਰੁਪਇਆ ਸਰ ਜੀ ਜੀ ਇਹਨੂੰ ਨਾ ਕਿ ਰਹਿ ਗਈ ਸੀ ਦੇਣ ਤੋਂ, ਮੈਂ ਮੰਤਰੀ ਸਾਹਿਬ ਨੂੰ ਗੁਜਾਰਿਸ਼ ਕਰੂੰਗਾ ਕਿ ਦੁਬਾਰਾ ਤੋਂ। ਹਾਂਜੀ ਸਰ, ਇਸ ਪਿੰਡ ਵਾਸਤੇ ਸੀਐਮ ਸਾਹਿਬ ਨੇ 1 ਕਰੋੜ ਰੁਪਇਆ ਭੇਜਿਆ ਹੈ, ਕਿ ਇਹਨਾਂ ਪਿੰਡ ਜਿਹੜੇ ਇੰਨੇ ਦਿਨ ਵਿਚਾਰੇ ਕੋਈ ਕੰਮ ਨਹੀਂ ਕਰ ਸਕੇ, ਕੁਛ ਨਹੀਂ ਕਰ ਸਕਦੇ, ਸਾਰੇ ਮੇਰੇ ਖਿਆਲ 5-10 ਹਜ਼ਾਰ ਰੁਪਏ ਤੱਕ 1-1 ਅਸੀਂ ਪਰਿਵਾਰ ਨੂੰ ਦੇਵਾਂਗੇ, ਤਾਂ ਜੋ ਥੋੜ੍ਹੀ ਜਿਹੀ ਉਹਨਾਂ ਦੀ ਸਹਾਇਤਾ ਹੋ ਸਕੇ। ਖਾਸ ਕਰਕੇ ਇਸ ਪਿੰਡ ਲਈ 1 ਕਰੋੜ ਰੁਪਇਆ ਭੇਜਿਆ ਗਿਆ ਲੋਕਾਂ 'ਚ ਵੰਡਣ ਵਾਸਤੇ। ਬਾਕੀ ਜਿਹੜੇ ਸਾਰੇ ਕੰਮ ਨੇ ਉਹ ਸੀਐਮ ਸਾਹਿਬ ਬਹੁਤ ਚਿੰਤਤ ਨੇ, ਔਰ ਬੜੀ ਪ੍ਰਾਇਓਰਟੀ ਬੇਸ 'ਤੇ ਉਹ ਕੀਤੇ ਜਾਣਗੇ। ਸੋ ਬਹੁਤ ਬਹੁਤ ਸਾਹਿਬ ਦਾ 8 ਪਿੰਡਾਂ ਵਾਸਤੇ ਸੀਐਮ ਸਾਹਿਬ ਨੇ ਜਿਹੜੀ ਸਾਡੀ ਡਿਊਟੀ ਲਾਈ ਸੀ। ਮੇਰੇ ਕੋਲ ਇੰਡਸਟਰੀ ਐਂਡ ਕਮਰਸ ਡਿਪਾਰਟਮੈਂਟ ਹੈ, ਮੈਂ ਆਪਣੀ ਮੇਰੀ ਇੰਡਸਟਰੀ ਨੇ ਵੀ ਬੜੀ ਇੱਛਾ ਜਿਤਾਈ ਕਿ ਬੜੇ ਲੋਕ ਉੱਥੇ ਸੇਵਾ ਕਰ ਰਹੇ ਨੇ, ਅਸੀਂ ਵੀ ਕੁਛ ਕਰਨਾ ਚਾਹੁੰਦੇ ਉਹਨਾਂ ਪਿੰਡਾਂ ਦੇ ਵਿੱਚ। ਅਤੇ ਇਹ ਜਿਹੜੇ 8 ਪਿੰਡ ਨੇ ਉਹ ਸੋਨਾਲੀਕਾ ਵਾਲਿਆਂ ਨੇ ਅਡੋਪਟ ਕਰ ਲਏ ਨੇ, ਸਾਡੀ ਸਹਾਇਤਾ ਤੋਂ ਇਲਾਵਾ ਵੀ ਹੋਰ ਜੋ ਵਧੀਆ ਤਰੀਕੇ ਦਾ ਹੋ ਸਕਿਆ ਉਹ ਵੀ ਇਹਨਾਂ ਨੇ ਪਿੰਡ ਅਡੋਪਟ ਕੀਤੇ ਨੇ, ਇਹਨਾਂ ਨੂੰ ਵਧੀਆ ਤਰੀਕੇ ਨਾਲ ਕਰਨਗੇ। ਸੋ ਥੈਂਕਸ ਐਂਡ ਸਲਿਊਟ ਅਗੇਨ ਸਰ ਜੀ। ਸੋ ਤੁਸੀਂ ਦੇਖ ਰਹੇ ਕਿ ਸਾਰਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਰੋਪੜ ਦੀ ਲੋਕਲ ਜਿਹੜੀ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਟੀਮ ਹੈ ਸਾਰੀ ਪਹੁੰਚੀ ਹੋਈ ਹੈ, ਅਤੇ ਮੰਤਰੀ ਸਾਹਿਬ ਜਿਵੇਂ ਦੱਸ ਕੇ ਗਏ ਨੇ ਕਿ ਕੱਲ੍ਹ ਨੂੰ ਜਿਹੜੀ ਸਹਾਇਤਾ ਹੈ ਨਕਦੀ ਸਹਾਇਤਾ, ਅਸੀਂ ਕਾਫੀ ਦਿਨ ਤੋਂ ਆਰਤੀ ਵੀ ਬੰਦ ਵੱਲੋਂ ਵੀ ਸੰਸਥਾਵਾਂ ਨੂੰ ਵੀ ਅਪੀਲਾਂ ਕਰ ਰਹੇ ਸੀ ਕਿ ਇੱਥੇ ਰਾਸ਼ਨ ਦਾ ਪਾਣੀ ਦਾ ਜੋ ਇੰਤਜ਼ਾਮ ਹੈ ਤੂੜੀ ਚਾਰੇ ਦਾ ਕਾਫੀ ਹੋ ਚੁੱਕਿਆ ਹੈ, ਪਰ ਲੋਕਾਂ ਦੀ ਮਾਲੀ ਸਹਾਇਤਾ ਹਾਲੇ ਰਹਿੰਦੀ ਹੈ। ਸੋ ਉਹਦੇ ਵੱਲ ਧਿਆਨ ਗਿਆ ਗੌਰਮੈਂਟ ਦਾ, ਸਾਡੇ ਆਰਟੀਬੀ ਵੰਨ ਵੱਲੋਂ ਵੀ ਸਲੂਟ ਇਸ ਗੱਲ ਵਾਸਤੇ ਉਹਨਾਂ ਨੂੰ। ਮੈਂ ਰੋਮੀ ਗੁਰਵਿੰਦਰ, ਕੈਮਰਾਮੈਨ ਅਮਨ ਅਤੇ MD ਸ਼ਮਸ਼ੀਰ ਬੱਗਾ ਜੀ ਦੇ ਨਾਲ, ਪਿੰਡ ਫੂਲ ਰੋਪੜ ਤੋਂ ਜੀ।